मुर्दाबाद मुर्दाबाद पंजाब सरकार दिल्ली सरकार मुर्दाबाद पंजाब सरकार हाय 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 पंजाब सरकार हाय 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 पंजाब सरकार हाय 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 दिल्ली सरकार हाय 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 दिल्ली सरकार हाय 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 बटाले नू बटाले नू बटाले नू विरोध करेगी सरकार गल की जाए चंगी सरकार वालों जड़िया हर जी
ਜਿਹੜੀ ਕੈਬਨਟ ਮੀਟਿੰਗਾਂ ਹੋ ਰਹੀਆਂ ਨੇ ਹਰ ਵੇਲੇ ਤੋਹਫੇ ਦਿੱਤੇ ਜਾ ਰਹੇ ਨੇ, ਕਈਆਂ ਨੂੰ ਸਬ ਤਹਿਸੀਲਾਂ ਵਿੱਚ ਤਬਦੀਲ ਕੀਤਾ ਗਿਆ ਵਾ। ਬਟਾਲੇ ਦੀ ਜਿਹੜੀ ਮੰਗ ਹੈ ਜ਼ਿਲ੍ਹਾ ਬਣਾਉਣ ਦੀ, ਉਹਦੇ ਵੱਲ ਗੌਰ ਨਹੀਂ ਕੀਤਾ ਜਾ ਰਿਹਾ, ਪਰ ਪ੍ਰਤਾਪ ਬਾਜਵਾ ਦੀ ਚਿੱਠੀ ਦਾ ਜਵਾਬ ਜ਼ਰੂਰ ਦਿੱਤਾ ਜਾ ਰਿਹਾ ਕਿ ਅਸੀਂ ਇਸ ਮਾਮਲੇ ਵੱਲ ਧਿਆਨ ਕਰ ਰਹੇ ਹਾਂ ਕਿ ਇਹ ਮਾਮਲਾ ਇੱਦਾਂ ਹੀ ਲਟਕਿਆ ਰਹੇਗਾ ਕਿ ਅੱਗੇ ਕੋਈ ਜਵਾਬ ਹੀ ਤੁਹਾਨੂੰ ਆਏਗਾ। ਜਦੋਂ ਦੀ ਚੰਨੀ ਸਰਕਾਰ ਬਣੀ ਆ ਇੱਕ ਕੰਮ ਦੱਸ ਦਿਓ ਜਿਹੜਾ ਪੂਰਾ ਹੋਇਆ, ਜਾਂ ਤਾਂ ਮੈਨੂੰ ਬਿਜਲੀ ਦਾ ਬਿੱਲ ਦੱਸ ਦਿਓ ਜਿੱਦਾਂ ਮਾਫ਼ ਹੋਇਆ ਹੋਵੇ ਤੇ ਮਾਫ਼ ਲੱਗ ਕੇ ਦੁਬਾਰਾ ਆਇਆ ਹੋਵੇ। ਕੋਈ ਵਾਅਦਾ ਇੱਕ ਦੱਸ ਦਿਓ, ਕੋਈ ਵਿੱਦਿਆ ਦਾ ਅਦਾਰੇ 'ਚ ਜਿਹੜਾ ਵਾਅਦਾ ਕੀਤਾ, ਕੋਈ ਨੌਕਰੀਆਂ ਦਾ ਵਾਅਦਾ। ਜਵਾਨ ਯੂਥ ਸੜਕਾਂ 'ਤੇ ਤੁਰੇ ਫਿਰਨ ਡੇ ਆ, ਨੌਕਰੀਆਂ ਨਹੀਂ ਮਿਲ ਰਹੀਆਂ, ਧੰਦੇ ਲੱਗਣ ਡੇ ਆ, ਸਰਕਾਰ ਦਾ ਰੋਸ਼ ਹੋ ਰਿਹਾ, ਵਿਰੋਧ ਹੋ ਰਿਹਾ। ਇਹ ਚੰਨੀ ਸਰਕਾਰ ਜਦੋਂ ਦੀ ਆਈ ਆ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਹੈ। ਚੋਣ ਜ਼ਾਬਤਾ ਨੂੰ ਕੁਝ ਦਿਨ ਬਾਕੀ ਨੇ, ਕੀ ਲੱਗਦਾ ਬਟਾਲਾ ਜ਼ਿਲ੍ਹਾ ਬਣੇਗਾ ਜਾਂ ਬਣਨਾ ਚਾਹੀਦਾ? ਬਟਾਲਾ ਜ਼ਿਲ੍ਹਾ ਬਣ ਜਾਏਗਾ ਤੇ ਸਰਕਾਰ ਦਾ ਸਾਥ ਦੇਵਾਂਗੇ ਪੂਰਾ ਰਲ ਕੇ। ਅਗਰ ਨਾ ਬਣਿਆ ਤੇ ਵਿਰੋਧ ਇਹੋ ਜਿਹਾ ਕਰਾਂਗੇ। ਬਟਾਲੇ ਨੇ ਕਦੀ ਇਹੋ ਜਿਹਾ ਵਿਰੋਧ ਨਹੀਂ ਕਰਾਂਗੇ ਸਰਕਾਰ ਨੂੰ।